दो जीरो हो गए मेरे, दो बलुआने दे उधर खाता नहीं खोलिया वीरे, बल चैने वाली टीम दा बारे कनी टीम दे बहुत सोना मैच ले भी सूरज प्रकाश क्या है कपूर ਸਰਦਾਰ ਹੀ ਮਦਾਨਾ ਦੇ
ਦੇਖ ਫੱਲਾ ਬਾਣ ਕਿਵੇਂ ਕਿਹੜੇ ਹੱਸਦੇ ਜਵਾਨਾਂ ਨੇ ਕਹੇ ਬੁੱਟਾ ਨਸਿਆਂ ਦੀ ਲੱਤ ਕਾਤੇ ਭੁੱਲ ਕੇ ਵੀ ਨਦੀਨਾ ਆਓ ਮੱਲਾ ਮਾਰ ਲੈ ਜਵਾਨਾ ਇਹ ਜਵਾਨੀ ਪਾਰ ਪਾਰ ਨੀਨਾ ਜਵਾਨੀ ਕਬੀਰੀ ਹੁੰਦੀ ਹੈ ਰਸਤਾ ਵਾਲਾ ਦੀ ਤੇਰੀ ਜਾਂਦੀ ਹੈ ਕੋਈ ਸਾਹ ਲੈਂਦਾ ਹੈ ਕੋਈ ਨਸਿਆਂ ਦੇ ਵਿੱਚ ਡੋਲ ਲੈਂਦਾ ਹੈ ਇੱਧਰ ਸਾਂਭੀ ਹੋਈ ਜਵਾਨੀ ਆਪਾਂ ਲਿਖਦੇ ਹੈ ਪਰ ਕਹਿੰਦੇ ਕਰਨ ਦੇ ਬਾਲ ਲੱਗੀ ਹੈ ਔਰ ਸੋਹਣਾ ਮੈਚ ਕਿਹੜਾ ਆ ਰਿਹਾ ਹੈ ਜਦੋਂ ਦੀ ਜਵਾਨੀ ਤੂੰ ਮੇਰੇ ਤੇ ਆਈ ਸੀ ਭੱਜੀ ਜਾਂਦੀ ਕਾਟੋ ਸੀ ਕਿਰਕਰ ਤੋਂ ਲਾਈ ਸੀ ਔਰ ਸਭ ਤੋਂ ਲਹਿੰਦਾ ਨੀ ਫੇਰ ਨੀ ਜਵਾਨੀ ਹੈ ਇੱਕ ਵਾਰੀ ਆ ਜਾ ਆਓ ਇੱਕ ਵਾਰੀ ਆ ਜਾ ਔਰ ਫੇਰ ਨੀ ਜਵਾਨੀ ਹੈ ਜਵਾਨੀ ਦਾ ਬਹਾਰ ਜਵਾਨੀ ਦਾ ਨਿੱਕ ਹੈ ਜਵਾਨੀ ਆਉਂਦੀ ਹੈ ਸਤਾ ਵਾਲਾ ਕੀ ਗਲੀ ਜਾਂਦੀ ਹੈ ਕੋਈ ਸਾਹ ਲੈਂਦਾ ਕੋਈ ਨਸ਼ਿਆਂ ਤੇ ਡੋਲ ਲੈਂਦਾ ਆਓ ਸਾਹਮਣੇ ਸਾਡੀ ਹੋਈ ਜਵਾਨੀ ਦੀਆਂ ਗੱਲਾਂ ਨਰਤੀ ਤਰਦੀ ਜਵਾਨੀ ਔਰ ਦਿਲ ਪ੍ਰੀਤ ਉਹਦੀ ਟੀਮ ਖੇਡ ਰਹੀ ਹੈ ਦਿਲ ਪ੍ਰੀਤ ਸਾਡਾ ਵੀਰ ਅਸੀਂ ਵਧਾਲ ਦਾ ਅਸੀਂ ਵਧਾਲ ਪਿੰਡ ਕਲਾਕਾਂ ਦਾ ਕਿਉਂਕਿ ਯਾਨੀ ਬਾਲ ਗੰਦਰਾਂ ਦੇ ਮੁੱਲ ਮਿੱਠੀਆਂ ਦਾ ਖਾਂਦਾ ਚੌਦਾਂ ਜਿਹੜੇ ਨੰਬਰ ਹੈ ਬਾਰੇ ਕਹਿੰਦੇ ਦਿਲਪ੍ਰੀਤ ਕਲੱਬ ਬਾਰੇ ਕਹਿੰਦੇ ਤੇ ਛੇ ਨੰਬਰ ਹੈ ਭੋਲੇ ਵਾਲੀ ਦੀ ਟੀਮ ਦੀ ਕਬੱਡੀ ਲੀਗ ਔਰ ਦਿਲਪ੍ਰੀਤ ਦੀ ਟੀਮ ਕਹਿੰਦੇ ਫਾਈਨਲ ਵੱਲ ਤੱਕੀ ਜਾ ਰਹੀ ਹੈ ਅੰਬਰ ਦਾ ਪਿੰਡ ਹੈ ਦਿਲਪ੍ਰੀਤ ਦਾ ਪਿੰਡ ਹੈ ਔਰ ਸਾਹਮਣੇ ਮੁੰਡੇ ਕਹਿੰਦੇ ਸ੍ਰੀ ਵਧਾਲ ਦੀਆਂ ਗੱਲਾਂ ਹੁੰਦੀਆਂ ਕਹਿੰਦੇ ਅਗਰ ਮੰਡੀ ਦਾ ਇਲਾਕਾ ਆ ਜਾਂਦਾ ਜਾਂ ਕਨੇਡਾ ਦੇ ਵਿੱਚ ਰਹਿੰਦਾ ਦਿਲ ਹੈ ਸਿੱਧੀ ਕਰਦੀ ਹੈ ਮੁੰਡੇ ਨੇ ਇੱਕ ਵਿੱਚ ਜੋਰ ਹੋਵੇ ਔਰ ਦੁਨੀਆਂ ਦਾ ਤਸਵੀਰ ਕਰਨਾਵਾ ਇੱਕ ਵਿੱਚ ਜੋਰ ਹੋਵੇ ਪਰ ਹਰੀ ਆਉਂਦੇ ਇੱਕ ਬਹੁਤ ਸੋਹਣਾ ਨੰਬਰ ਆਪਣੀ ਟੀਮ ਦੇ ਵਿੱਚ ਸੋਹਣੀ ਸਫਲਤਾ ਜੋੜ ਦਿੱਤੀ ਹੈ ਮੁੰਡੇ ਨੇ ਅਰੇ ਸੋਲੇ ਉੱਪਰ ਨੰਬਰ ਕਿੰਨੇ ਕਿੰਨੇ ਹੈ ਮੁੰਡਾ ਹੀ ਦੱਸੋ ਨੰਬਰ ਇੱਧਰ ਕਿੰਨੇ ਕਿੰਨੇ ਹੈ ਤਿੰਨ ਤਿੰਨ ਬਰਾਬਰ ਹੈਲੋ ਹੋਰ
हेलो बहुत सोने मैच जेडे खेल दे मैदान जा रहे ने ऐ जेडे दोवां टीमां दा जोर पूरा लगया है ऐ जेडे गल्लां बातां हुंदियां ने वी जोर ते जवानी हुंदी उमरां दा खेल वी ते इहदे विच तैयारो सन की जोर ते जवानी हुंदी ओ ਲੈ ਕਹਿੰਦੀ ਨਿਗਾਹ ਰੱਖੀ ਜੇ ਬਾਹ ਵਧੀਆ ਕਾਲ ਜਾਂ ਗੁਰਦੁਆਰੇ ਹੋ ਕੇ ਹੋੜਨਾ ਹੈ ਯਾਨੀ ਕਿ ਉਹ ਪਾਸੇ ਬਾਹ ਵਧੀਆ ਜਿਹੜੇ ਪਾਸੇ ਜੇੜ ਹੁੰਦਾ ਹੈ ਮੈਂ ਪ੍ਰਕਾਸ਼ ਨੇ ਫੇਰ ਗਲਤੀ ਕਰਤੀ ਹੈ ਫਿਰ ਮੈਦਾਨ ਦੇ ਵਿੱਚ ਇੱਕ ਦੋ ਨੰਬਰ ਬਾਕੀ ਹੈ ਦਿਲਪ੍ਰੀਤ ਕਲੱਬ ਬਾਈ ਕਹਿੰਦੀ ਟੀਮ ਫਾਈਨਲ ਦੇ ਨੇੜੇ ਚੜੇ ਜੀ ਪੁੱਜ ਰਹੀ ਹੈ ਬਣਾਈ ਹੈ ਪਰ ਬਾਲ ਗੋਲ ਇੱਕ ਦੇ ਨੰਬਰ ਉੱਧਰ ਲਾ ਕੇ ਪਤਾ ਕੋਈ ਨਹੀਂ ਗੇਮ ਦਾ ਵੀ ਬਣ ਕੀ ਜਾਣਾ ਹੈ ਕਰਨ ਖੜਾ ਨੰਬਰ ਲੈ ਵੀ ਲਗਾਤਾਰ ਹੀ ਲੈਂਦਾ ਹੈ ਇਹ ਤੂੰ ਦੇਣ ਤੇ ਆ ਜੇ ਆਸਾ ਪਲਟਾ ਵੀ ਦਿੰਦਾ ਹੈ ਇਹ ਨਹੀਂ ਕੋਈ ਪਤਾ ਵੀ ਕਾਨਾ ਬਣਾਉਣਾ ਕੀ ਹੈ ਇਹ ਤੇ ਸਮੇਂ ਦੀਆਂ ਗੱਲਾਂ ਹੈ ਉਹ ਸਾਹਮਣੇ ਕਿਹੜੇ ਮੈਦਾਨ ਦੇ ਵਿੱਚ ਸੱਤ ਤੇ ਪੰਦਰਾਂ ਦੀ ਟੱਕਰ ਹੈ ਇਹ ਕਿਹੜੀ ਹੈ ਕਰਨ ਮੁੰਡਿਆਂ ਦੀ ਸੱਤ ਤੇ ਪੰਦਰਾਂ ਦੀ ਟੱਕਰ ਜਿਹੜੀ ਖੇਡ ਦੇ ਮੈਦਾਨ ਦੇ ਵਿੱਚ ਖੇਡੀ ਜਾ ਰਹੀ ਹੈ ਮੇਰੇ ਮਿੱਤਰੋ ਹੁਣ ਨੰਬਰ ਦਾ ਵਾੜਾ ਕੀ ਨਹੀਂ ਕਰਨਾ ਜਾਂ ਫਿਰ ਹੁੰਦੀ ਹੈ ਸਰਵਿਸ ਚੇਂਜ ਇਹ ਤੇ ਗੱਲਾਂ ਜਿਹੜੀਆਂ ਉਹ ਟਾਈਮ ਦੀਆਂ ਹੋਣਗੀਆਂ ਸਮੇਂ ਦੀਆਂ ਹੋਣਗੀਆਂ ਵੀ ਉਹ ਵੀ ਦਿਨ ਕਦੇ ਉਹ ਭੁੱਲੀਏ ਨਾ ਵੀ ਜਦੋਂ ਸਾਈਕਲ ਸੀ ਥੱਲੇ ਤੇ ਹੋਇਆ ਵੀ ਜੇ ਬਾਬੇ ਨੇ ਪਰਾਂ ਦੀ ਬੱਲੇ ਬੱਲੇ ਤੇ ਰੰਗੇ ਹੋਈਏ ਆਪ ਭੁੱਖਾ ਲੱਗੇ ਹਰ ਕੋਈ ਐਨੇ ਸਮਾਜੀ ਹੱਥ ਲੱਭਣੇ ਨਹੀਂ ਚਾਹੀਦੇ ਤੇ ਦੋ ਚੀਜ਼ਾਂ ਬੰਦੇ ਨੂੰ ਨੇ ਮਾਰ ਦਿੱਤੀਆਂ ਪੱਲੇ ਪੱਲੇ ਉਹ ਕਿਆ ਬਾਤ ਹੈ ਇਹ ਹੈ ਪ੍ਰਕਾਸ਼ ਹਰ ਸਿੰਘ ਦੇ ਬਾਲ ਲੱਗ ਗਈ ਹੈ ਨੰਬਰ ਲਾਸਟ ਆ ਗਿਆ ਹੈ ਟੀਮ ਫਾਈਨਲ ਵੱਲ ਜਾ ਰਹੀ ਹੈ ਹੁਣ ਚਾਂਦਲੀਆ ਨੇ ਕਿਹਾ ਵੀ ਫਾਈਨਲ ਦੇ ਬਿਲਕੁਲ ਨੇੜੇ ਕੱਦਾ ਕਦਮ ਦੂਰੀ ਤੇ ਹੈ ਕਿਆ ਬਾਤ ਹੈ ਬਾਤ ਪਾਰ ਹੋ ਗਈ ਹੈ ਇਹ ਤੇ ਖਾਲੀ ਪਈ ਚੱਲ ਗਈ ਹੈ ਬਹੁਤ ਸੋਹਣਾ ਮੈਂ ਇੱਕ ਤਾਲੀ ਮਾਰੋ ਅਰਜਨ ਟੀਮਾਂ ਦੇ ਲਈ ਬਾਰੇ ਕਹਿੰਦੀ ਟੀਮ ਫਾਈਨਲ ਦੇ ਵਿੱਚ ਪ੍ਰਵੇਸ਼ ਕਰਦੀ ਹੈ ਦਿਲਪ੍ਰੀਤ ਕਲੱਬ ਵਾਲੇ ਬੰਦੇ ਆਪਣਾ ਨਾਮ ਲੈ ਜੇ ਕਮੇਟੀ ਦਾ ਬੇਨਤੀ ਆਪਾਂ ਜਿਹੜਾ ਦੂਜਾ ਜਥਾ ਨਾਮ ਦੇ ਦਈਏ ਬਹੁਤ ਸੋਹਣਾ ਕਿੱਡੇ ਵੱਡੇ ਭੜੋਲਿਆਂ ਦੀ ਟੀਮ ਬਠਿੰਡੇ ਦੇ ਹੈ ਪੰਜ ਤਿੰਨ ਤੇ ਸਫਲਤਾ ਫੇਰ ਪੱਲੂਆਂ ਨੇ ਵੀ ਕਰਦੇ ਹੈ ਬਹੁਤ ਸੋਹਣਾ ਮੈਚ ਪੱਲੂਆਂ ਦੀਆਂ ਬੜਾ ਪਿਆਰ ਇੱਕ ਦੋ ਨੰਬਰਾਂ ਦਾ ਫਰਕ ਹੈ ਕੋਈ ਜ਼ਿਆਦਾ ਫਰਕ ਨਹੀਂ ਦੂਜੇ ਪਾਸੇ ਚਿਹਰੇ ਵਾਲੀਆਂ ਤਰਮ ਹੈ
ਦੋਨੋਂ ਨਿਟਮੈਨ ਵੀ ਟੌਪ ਦੇ ਹੈ ਔਰ ਸਾਹਮਣੇ ਖੇਡ ਮੈਦਾਨ ਦੇ ਵਿੱਚ ਕਿਹੜੇ ਨਿਟਮੈਨ ਨੇ ਕਿੰਨੇ ਨੰਬਰ ਜੋੜਨੇ ਸਮੇਂ ਦੀਆਂ ਗੱਲਾਂ ਹੋਣਗੀਆਂ ਆਓ ਜੀ ਭੜੋਲਿਆਂ ਦੀ ਟੀਮ ਤਰਸੇਮ ਜੀ ਨਾਮ ਲੈ ਲਓ ਅੱਗੇ ਭੜੋਲਿਆਂ ਦੀ ਵਾਲੇ ਮੁੰਡੇ ਕੋਣਾ ਕੋਣਾ ਖੜੇ ਰਹੋ ਨਾ ਯਾਰ ਨਾ ਨਾ ਲੈਵਲੀ ਤਾਂ ਮੈਨੂੰ ਮਿਲੇ ਨਹੀਂ ਆ ਢਿੱਲੇ ਬਹਿ ਗਏ ਜਿਵੇਂ ਹੁਣ ਸਰ ਕੱਢਿਆ ਇਹਨੂੰ ਤਮਾਸ਼ਾ ਸਹੀ ਗੱਲ ਹੁਣ ਤਾਂ ਹੋ ਗਏ ਰੀਚਾਰਜ ਮਾੜਾ ਜਿਹਾ ਹੋ ਗਿਆ 9 ਵਜੇ ਚੱਕਦੇ ਚੱਲ ਯਾਰ ਭਾਈ
ਭੱਜ ਕੇ ਬੋਲਿਆ ਮੈਂ ਇੱਕ ਸੀਗੀ ਟੀ ਸ਼ਰਟ ਨਾਲ ਲੱਗੀ ਉਹ ਡਿੱਗ ਪਈ ਪੱਕੀ ਸੀ ਸਰ ਚੱਲੋ ਚੱਲੋ
लो पैसे दो बारी मेरे मूं गया भी बाल 1000 रुपया हो थोड़े सर फैसला गया मेरे बारे का दलप्रीत गिल कनेडा क्लब वर्सेस मैंडी शर्मा क्लब चैने वाला फाइनल मैच है भाई।